ਖਬਰ ਵਾਲੀ ਹੈ ਪਨੀਲੀਆਂ ਦੇ ਛੇੜੀ ਨਹੀਂ ਰੂੜੀ ਹੋਣੇ ਵੈਨ ਹਾਂਜੀ ਕੀ ਨਾਂ ਤੁਹਾਡਾ? ਹਰਜੀਤ ਸਿੰਘ, ਪਿੰਡ ਆਸਪੁਰ। ਕੀ ਗੱਲ, ਕੀ ਬਾਤ, ਕੀ ਹੋਈ ਹੈ? ਮੈਂ ਪਿੰਡ ਸੁਪਨੀ ਆਪਣੀ ਭੈਣ ਤੋਂ ਘਰ ਜਾਂਦਾ ਪਿਆ ਸੀਗਾ ਅਤੇ ਰਸਤੇ ਵਿੱਚ ਅਣਪਛਾਣੇ ਤਿੰਨ ਬੰਦੇ ਮਿਲੇ ਰਸਤੇ 'ਤੇ ਔਰ ਉਹਨਾਂ ਨੂੰ ਮੈਨਾਂ ਕਮੀਜ਼ ਪਾੜ ਦੀ ਲੁੱਟ ਖੋਹ ਦੀ ਕੋਸ਼ਿਸ਼ ਕੀਤੀ ਲੇਕਿਨ ਮੈਂ ਮੋਟਰਸਾਈਕਲ ਉੱਥੇ ਸੁੱਟਿਆ ਦੌੜ ਗਿਆ ਮੈਂ। ਇਹ ਕਿੱਥੇ, ਇਹ ਕਿਹੜੀ ਜਗ੍ਹਾ 'ਤੇ ਵਾਰਦਾਤ ਹੋਈ ਹੈ? ਜਗਿਆਲ ਦੇ ਲੱਗ, ਬੜੇਲੀਆਂ ਦੇ ਮੋੜ ਦੇ ਲੱਗ। ਕੋਈ ਨੁਕਸਾਨ, ਕੋਈ ਨੁਕਸਾਨ ਨਹੀਂ ਕੋਈ ਹੋਇਆ, ਮੈਂ ਬਚਾਅ ਕਰ ਲਿਆ ਆਪਣਾ। ਕੀ ਮੈਂ ਦੌੜ ਗਿਆ ਉੱਥੇ, ਮੇਰੀ ਜਿੱਦਾਂ ਉਹਨਾਂ ਨੇ ਕਮੀਜ਼ ਫੜੀ ਨਾ ਉਹਨਾਂ ਨੇ ਮੇਰੀ, ਹਾਂਜੀ ਹਾਂਜੀ, ਉੱਥੇ ਮੈਂ ਦੌੜ ਗਿਆ। ਕਿੰਨੇ ਨੌਜਵਾਨ ਸੀਗੇ ਜਿਹਨਾਂ ਨੇ? ਤਿੰਨ ਸੀਗੇ। ਮੰਗ ਕੀ ਕਰਦੇ ਪ੍ਰਸ਼ਾਸਨ ਕੋਲੋਂ? ਕਿਉਂਕਿ ਆਏ ਦਿਨ ਇੱਥੇ ਵਾਰਦਾਤ ਹੁੰਦੀ ਪਈ ਹੈ, ਪਿੱਛੇ ਵੀ ਉਹੀ ਵਾਰਦਾਤ ਹੋਈ ਹੈ, ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਲ? ਕਰਦਾ ਕਿ ਉਹ ਬੰਦੇ ਫੜੇ ਜਾਣ, ਕੌਣ ਹੈ? ਠੀਕ, ਕੀ ਨਾਂ ਤੁਹਾਡਾ ਜੀ? ਬਖਸ਼ੀ ਰਾਮ। ਕੀ ਤੁਹਾਡੇ ਨਾਲ ਕੀ ਵਾਰਦਾਤ ਹੋਈ ਸੀਗੀ? ਮੇਰੇ ਨਾਲ, ਮੈਂ ਨਹਿਰ ਦੇ ਕੰਢੇ ਆਪਣੇ ਖੇਤਾਂ ਨੂੰ ਜਾ ਰਿਹਾ ਸੀ, ਮੈਨੂੰ ਨਹਿਰ ਦੇ ਪਰਲੀ ਸਾਈਡ ਜਾਂਦੇ ਹੋਏ ਸੜਕ ਤੋਂ ਦੂਸਰੀ ਸਾਈਡ ਜਾ ਰਿਹਾ ਸੀ। 3:30 ਗੱਲ ਦਾ ਰਸਾ ਕੱਟਣਾ, ਤੇ ਮੈਂ ਕਿਹਾ ਚੱਲ ਠੀਕ ਹੈ ਕੱਟ ਲੈ। ਇਹਨਾਂ ਨੇ ਹੌਲੀ ਹੌਲੀ ਮੈਨੂੰ ਆਪਣੇ ਦੂਸਰੇ ਦੋ ਬੰਦੇ ਨੇ ਗੱਭੇ ਲੈ ਆਏ, ਜਿਹਨਾਂ ਗੱਭੇ ਲੈ ਕੇ ਆਏ ਤੇ ਮੈਂ ਕਿਹਾ ਜਿਹਨਾਂ ਕੱਢੇ ਥੋੜਾ ਜਿਹਾ ਇੱਕ ਸਾਈਡ ਮੈਂ ਹੋਏ ਤੇ ਮੈਂ ਨਹਿਰ ਦੇ ਥੱਲੇ ਦੌੜ ਗਿਆ। ਚਾਕੂ ਮੇਰੇ ਗਰਦਨ ਤੇ, ਕਦੀ ਢਿੱਡ ਤੇ, ਇਹਨਾਂ ਨੇ ਰੱਖਿਆ। ਤੇ ਜਾਨ ਕਿੱਦਾਂ ਬਚਾਈ ਆਪਣੀ? ਜਾਨ ਮੈਂ ਆਪਣੀ ਦੌੜ ਕੇ ਬਚਾਈ ਇਹਨਾਂ ਨੇ।